ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਗੁਰਬਾਣੀ ਦਾ ਫਰਮਾਨ ਹੈ ਹੋਏ ਨਿਮਾਣਾ ਜਗ ਰਹੁ ਨਾਨਕ ਨਗਰੀ ਪਾਰ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਇਹ ਪਾਵਨ ਪੰਕਤੀ ਇਸ ਦੀ ਸਰਲ ਵਿਚਾਰ ਵਾਸਤੇ ਅਸੀਂ ਆਪ ਜੀ ਨਾਲ ਇੱਕ ਸੂਖਮ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ ਕਹਿਣ ਤੋਂ ਭਾਵ ਬਹੁਤ ਛੋਟੀ ਸਾਖੀ ਸਾਂਝੀ ਕਰਨ ਲੱਗੇ ਆਪ ਜੀ ਨੇ ਧਿਆਨ ਦੇਣਾ ਦੱਸਦੇ ਹਨ ਕਿ ਇੱਕ ਗੁਰੂ ਅਤੇ ਇੱਕ ਚੇਲਾ ਦੋਵੇਂ ਤੀਰਥ ਯਾਤਰਾ ਕਰਨ ਜਾ ਰਹੇ ਸਨ ਜਾਂਦਿਆਂ ਹੋਇਆਂ ਚੇਲੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਨੂੰ ਕੁਝ ਉਪਦੇਸ਼ ਕਰੋ ਗੁਰੂ ਨੇ ਕਿਹਾ ਬੇਟਾ ਕੁਝ ਨਹੀਂ ਬਣਨਾ ਜੇ ਆਦਮੀ ਕੁਝ ਬਣਦਾ ਹੈ ਉਹ ਦੂਸਰੇ ਕੋਲੋਂ ਮਾਰ ਖਾਂਦਾ ਹੈ ਕਦੇ ਵੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕੁਝ ਕਹਿਣ ਤੋਂ ਭਾਵ ਜਣਾਉਣਾ ਨਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜਾ ਇਨਸਾਨ ਆਪਣੇ ਆਪ ਨੂੰ ਭਲਾ ਕਹਾਵੇ ਜਾਂ ਕਹਿੰਦਾ ਹੈ ਸਮਝ ਲੈਣਾ ਕਿ ਭਲਾਈ ਇਹਦੇ ਨਿਕਟ ਵੀ ਨਹੀਂ ਆਉਂਦੀ ਨੇੜੇ ਵੀ ਨਹੀਂ ਆਉਂਦੀ ਪਾਤਸ਼ਾਹ ਜੀ ਦਾ ਉਹ ਪਾਵਨ ਪਾਠ ਹੈ ਆਪਸ ਕਉ ਜੋ ਭਲਾ ਕਹਾਵੇ ਤਿਸਹਿ ਭਲਾਈ ਨਿਕਟ ਨ ਆਵੇ ਨਾਲ ਹੀ ਫਰਮਾਉਂਦੇ ਹਨ ਆਪਸ ਕਉ ਜੋ ਜਾਣੈ ਨੀਚਾ ਸੋ ਗਨਿਆ ਸਭ ਤੇ ਊਚਾ ਭਾਈ ਜਿਹੜਾ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸ਼ੋਭ ਕਰਮ ਕਰਦਿਆਂ ਹੋਇਆਂ ਨਿਮਰਤਾ ਭਾਵ ਵਿੱਚ ਰਹਿੰਦਾ ਹੈ ਉਹ ਸਾਰਿਆਂ ਨਾਲੋਂ ਉੱਚਾ ਹੈ ਤੇ ਸੱਚ ਮੁੱਚ ਹੀ ਉੱਚਾ ਹੋ ਜਾਂਦਾ ਹੈ ਸਾਧੂ ਨੇ ਇਹ ਉਪਦੇਸ਼ ਦੇ ਦਿੱਤਾ ਕਿ ਕਦੇ ਵੀ ਬੇਟਾ ਕੁਝ ਬਣਨਾ ਨਹੀਂ ਚੇਲੇ ਨੇ ਕਿਹਾ ਜੀ ਸਤਿ ਬਚਨ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਇੱਕ ਰਾਜੇ ਦਾ ਸੁੰਦਰ ਬਾਗ ਸੀ ਉਸ ਬਾਗ ਵਿੱਚ ਇੱਕ ਬੜੀ ਸੋਹਣੀ ਕੋਠੀ ਬਣੀ ਹੋਈ ਸੀ। ਥੱਕੇ ਹੋਏ ਗੁਰੂ ਅਤੇ ਚੇਲਾ ਉਸ ਬਾਗ ਵਿੱਚ ਚਲੇ ਗਏ। ਅਤੇ ਇੱਕ ਕਮਰੇ ਵਿੱਚ ਗੁਰੂ ਜੀ ਪਲੰਘ ਉੱਤੇ ਸੌਂਗੇ। ਦੂਸਰੇ ਕਮਰੇ ਵਿੱਚ ਪਲੰਘ ਉੱਤੇ ਚੇਲਾ ਜਾ ਕੇ ਸੌਂ ਗਿਆ। ਜਦੋਂ ਤੀਸਰਾ ਪਹਿਰ ਸ਼ਾਮ ਦਾ ਹੋਇਆ ਤਾਂ ਰਾਜਾ ਅਤੇ ਰਾਣੀ ਨੇ ਹਵਾ ਲੈਣ ਵਾਸਤੇ ਬਾਗ ਵਿੱਚ ਆਏ ਪਹਿਲੇ ਉਸ ਕਮਰੇ ਵਿੱਚ ਗਏ ਜਿੱਥੇ ਚੇਲਾ ਸੁਤਾ ਹੋਇਆ ਸੀ ਚੇਲੇ ਨੂੰ ਸੁੱਤਿਆਂ ਹੋਿਆਂ ਵੇਖ ਕੇ ਰਾਜੇ ਦੇ ਸਿਪਾਈ ਨੇ ਕਿਹਾ ਭਾਈ ਤੂੰ ਕੌਣ ਹੈ ਜੋ ਮਹਾਰਾਣੀ ਦੇ ਪਲੰਗ ਤੇ ਸੌ ਗਿਆ ਹੈ ਚੇਲੇ ਨੇ ਅੱਗੋਂ ਕਿਹਾ ਮੈਂ ਸਾਧੂ ਹਾਂ ਤਾਂ ਸਿਪਾਹੀ ਨੇ ਕਿਹਾ ਤੂੰ ਸਾਧੂ ਨਹੀਂ ਤੂੰ ਬੜਾ ਵੱਡਾ ਮੂਰਖ ਹੈ ਜੋ ਮਹਾਰਾਣੀ ਦੇ ਪਲੰਘ ਉੱਤੇ ਆ ਕੇ ਸੌ ਗਿਆ ਹੈ ਸਿਪਾਹੀ ਨੇ ਚਾਰ ਪੰਜ ਚਪੇੜਾਂ ਮਾਰ ਕੇ ਬਾਗ ਤੋਂ ਬਾਹਰ ਕੱਢ ਦਿੱਤਾ ਫਿਰ ਰਾਜਾ ਰਾਣੀ ਅਤੇ ਉਹਨਾਂ ਦਾ ਸਿਪਾਹੀ ਉਸ ਕਮਰੇ ਵਿੱਚ ਆਏ ਜਿੱਥੇ ਗੁਰੂ ਜੀ ਸੁੱਤੇ ਹੋਏ ਸਨ ਸਿਪਾਹੀ ਨੇ ਬਹੁਤ ਬੁਲਾਇਆ ਪਰ ਉਹਨਾਂ ਗੁਰੂ ਕੁਝ ਜਵਾਬ ਨਾ ਦਿੱਤਾ ਜਦੋਂ ਸਿਪਾਹੀ ਨੇ ਗੁਰੂ ਜੀ ਦੀ ਬਾਹ ਫੜ ਕੇ ਉਠਾਇਆ ਤਾਂ ਅੱਖਾਂ ਮਲਦੀ ਹੋਏ ਗੁਰੂ ਜੀ ਉੱਠੇ ਪਰੰਤੂ ਮੂੰਹੋਂ ਕੁਝ ਨਾ ਕਿਹਾ ਸਿਪਾਹੀ ਨੇ ਜੋ ਕੁਝ ਕਿਹਾ ਉਹ ਸਭ ਕੁਝ ਸੁਣਦੇ ਰਹੇ ਅਤੇ ਮੂੰਹੋਂ ਚੁੱਪ ਰਹੇ ਰਾਜੇ ਨੇ ਸਿਪਾਹੀ ਨੂੰ ਕਿਹਾ ਤੂੰ ਇਸ ਨੂੰ ਕੁਝ ਨਾ ਕਹੋ ਕਿਉਂਕਿ ਮਾਲੂਮ ਹੁੰਦਾ ਹੈ ਇਹ ਕੋਈ ਪੂਰਨ ਤਤਵੇਤਾ ਮਹਾਤਮਾ ਹਨ ਇਹ ਮਹਾਤਮਾ ਨੂੰ ਆਦਰ ਸਹਿਤ ਬਾਗ ਤੋਂ ਬਾਹਰ ਕਢ ਲਿਓ ਸਿਪਾਹੀ ਨੇ ਮਹਾਤਮਾ ਜੀ ਦਾ ਹੱਥ ਫੜ ਕੇ ਬਾਗ ਵਿੱਚੋਂ ਬਾਹਰ ਛੱਡ ਆਂਦਾ ਬਾਹਰ ਸੜਕ ਉੱਤੇ ਗੁਰੂ ਚੇਲਾ ਦੋਨਾਂ ਦਾ ਮੇਲ ਹੋ ਗਿਆ ਚੇਲੇ ਨੇ ਕਿਹਾ ਗੁਰੂ ਜੀ ਮੈਨੂੰ ਤਾਂ ਬੜੀ ਮਾਰ ਪਈ ਹੈ ਗੁਰੂ ਜੀ ਨੇ ਕਿਹਾ ਤੂੰ ਕੁਝ ਬਣਿਆ ਹੋਵੇਂਗਾ ਚੇਲੇ ਨੇ ਕਿਹਾ ਮੈਂ ਬਣਿਆ ਤਾਂ ਕੁਝ ਨਹੀਂ ਸੀ ਪਰ ਇਹ ਕਿਹਾ ਸੀ ਕਿ ਮੈਂ ਸਾਧੂ ਹਾਂ ਗੁਰੂ ਜੀ ਨੇ ਕਿਹਾ ਪਰ ਤੂੰ ਸਾਧੂ ਤਾਂ ਬਣਿਆ ਸੀ ਬੇਟਾ ਜੋ ਕੋਈ ਕੁਝ ਬਣਦਾ ਹੈ ਉਹ ਮਾਰ ਖਾਂਦਾ ਹੈ ਤੂੰ ਸਾਦੂਤਾ ਬਣਿਆ ਸੀ ਨਾ ਦੇਖ ਮੈਂ ਕੁਝ ਵੀ ਨਹੀਂ ਬਣਿਆ ਇਸ ਕਰਕੇ ਮੈਨੂੰ ਮਾਰਨੀ ਪਈ ਬੇਟਾ ਮਹਾਤਮਾ ਉਹੀ ਹੈ ਜਿਹੜਾ ਕੁਝ ਨਹੀਂ ਬਣਦਾ ਹੋਏ ਨਿਮਾਣਾ ਜਾਗ ਰਹੁ ਨਾਨਕ ਨਗਰੀ ਪਾਰ ਭੁੱਲਾ ਨ ਚਿਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ